ਬਲਟੋਆ ਸਾਹਿਬ ਮੇਰੇ ਨਾਲ ਨੇ ਬਲਟੋਆ ਸਾਹਿਬ ਤੁਸੀਂ ਸਾਰੀ ਜ਼ਿੰਦਗੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨਾਲ ਕੱਢੀ ਉਹ ਸਾਰੇ ਸਿਆਸੀ ਲੀਡਰਾਂ ਦੀ ਸ਼ੁਰੂਆਤ ਵੀ ਬਾਦਲ ਸਾਹਿਬ ਨੇ ਕਰਵਾਈ ਤੁਸੀਂ ਇੰਨਾ ਸਮਾਂ ਕੱਢਿਆ ਕਿਹੜੇ ਅਜਿਹੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਕਦੀ ਭੁੱਲ ਨਹੀਂ ਸਕਦੇ ਔਰ ਜਿਹੜੀ ਗੱਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਤੁਹਾਨੂੰ ਕਹੀ ਹੋਵੇ ਦੇਖੋ ਪਤਾ ਨਹੀਂ ਉਹਨਾਂ 'ਚ ਇੱਕ ਨਾ ਵੱਖਰੀ ਖਿੱਚ ਸੀਗੀ ਲੀਡਰ ਬੜੇ ਦੇਖੇ ਆ ਮੇਰਾ ਵੀ ਲੀਡਰਾਂ ਨਾਲ ਬੜਾ ਵਾਹ ਪਿਆ ਆ ਪਰ ਇੱਕ ਨਾ ਮਿਲਣ ਦੀ ਤਾਂਘ ਕਿ ਬਾਦਲ ਸਾਹਿਬ ਨੂੰ ਮਿਲੀਏ ਕਈ ਦਿਨ ਦਿਹਾੜੀ 'ਚ ਦੋ ਦੋ ਵਾਰਾਂ ਮਿਲ ਲੈਣਾ ਹਾਂਜੀ ਅਤੇ ਉਹਨਾਂ ਨੇ ਕਦੇ ਨਹੀਂ ਸੀ ਕਹਿਣਾ ਕਾਕਾ ਤੂੰ ਸਵੇਰੇ ਮਿਲ ਕੇ ਗਿਆ ਤੂੰ ਫੇਰ ਆ ਗਏ ਤਿੰਨ ਤਿੰਨ ਚਾਰ ਚਾਰ ਵਾਰਾਂ ਮਿਲ ਲੈਣਾ ਅਤੇ ਬਾਦਲ ਸਾਹਿਬ ਕਦੇ ਮਹਿਸੂਸ ਨਹੀਂ ਸੀ ਕਰਦੇ ਔਰ ਤਸੱਲੀ ਦੇ ਨਾਲ ਗੱਲ ਸੁਣਦੇ ਸੀਗੇ ਔਰ ਜਿੱਥੇ ਉਹਨਾਂ 'ਚੋਂ ਇੱਕ ਲੀਡਰ ਦਾ ਚਿਹਰਾ ਨਜ਼ਰ ਆਉਂਦਾ ਸੀਗਾ ਉਹ ਵੀ ਸਰਮੌਰ ਉੱਥੇ ਇੰਜ ਜਾਪਦਾ ਸੀਗਾ ਜਿਵੇਂ ਸਾਡੇ ਘਰ ਦਾ ਹੀ ਮੁਖੀ ਹੈ ਬਾਦਲ ਸਾਹਿਬ ਲੰਬੀ ਉਮਰ ਹੰਢਾ ਕੇ ਗਏ ਨੇ ਮੈਨੂੰ ਯਾਦ ਹੈ ਕਿ ਮੇਰੇ ਫਾਦਰ ਸਾਹਿਬ 1986 'ਚ ਐਕਸਪਾਇਰ ਹੋ ਗਏ ਮੈਂ ਉਸ ਸਮੇਂ ਜੋਧਪੁਰ ਜੇਲ੍ਹ 'ਚ ਸੀਗਾ ਮਹਿਸੂਸ ਹੁੰਦਾ ਸੀ ਪਰ ਜਿੰਨਾ ਬਾਦਲ ਸਾਹਿਬ ਦੇ ਵਿਛੋੜੇ ਨੇ ਮਹਿਸੂਸ ਕਰਾਇਆ ਆ ਇਹਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਦੱਸਦਾ ਮੈਨੂੰ ਹੀ ਨਹੀਂ ਸਮੁੱਚੇ ਪੰਜਾਬ ਨੂੰ ਜਿਨ੍ਹਾਂ ਨੇ ਦੂਰੋਂ ਵੀ ਦੇਖਿਆ ਬਾਦਲ ਸਾਹਿਬ ਨੂੰ ਉਹ ਵੀ ਮਹਿਸੂਸ ਕਰਦੇ ਕਿ ਵਾਕਿਆ ਯਾਰ ਅੱਜ ਬਹੁਤ ਵੱਡੀ ਹਸਤੀ ਜਿਵੇਂ ਸਾਡਾ ਕੋਈ ਆਪਣਾ ਤੁਰ ਗਿਆ ਹੁੰਦਾ ਹੈ ਕਿਸੇ ਦਾ ਭਰਾ ਆ ਕਿਸੇ ਦਾ ਬਾਪ ਜਾਪਦਾ ਹੈ ਕਿਸੇ ਨੂੰ ਆਪਦਾ ਦਾਦਾ ਜਾਪਦਾ ਹੈ ਬਲਵਿੰਦਰ ਸਿੰਘ ਭੁੰਦੜ ਹੋਰਾਂ ਨਾਲ ਥੋੜ੍ਹੀ ਦੇਰ ਪਹਿਲਾਂ ਗੱਲਬਾਤ ਹੋ ਰਹੀ ਸੀ ਉਹ ਕਹਿ ਰਹੇ ਕਿ ਜਿਹੜੀ ਪਾਸ਼ ਅਤੇ ਦਾਸ ਦੀ ਜੋੜੀ ਸੀ ਉਹ ਜੋੜੀ ਹਮੇਸ਼ਾ ਜਾਂਦੀ ਸੀ ਕਿ ਪਰਿਵਾਰ ਇਕੱਠਾ ਰਹੇ ਕਹਿੰਦੇ ਬਾਦਲ ਸਾਹਿਬ ਨੇ ਵੀ ਆਖਿਰ ਤੱਕ ਜੋੜ ਲਾਇਆ ਕਿ ਮਨਪ੍ਰੀਤ ਵਾਪਸ ਆ ਜਾਏ ਔਰ ਕੱਲ੍ਹ ਮਨਪ੍ਰੀਤ ਨੇ ਜਿਹੜੀ ਜੱਫੀ ਵੀ ਪਾਈ ਔਰ ਭੁਪਿੰਦਰ ਸਾਹਿਬ ਕਾਫੀ ਇਮੋਸ਼ਨਲ ਵੀ ਹੋਏ ਕਹਿੰਦੇ ਬਾਦਲ ਸਾਹਿਬ ਹਮੇਸ਼ਾ ਇਹ ਚਾਹੁੰਦੇ ਸੀਗੇ ਕਿ ਮਨਪ੍ਰੀਤ ਵਾਪਸ ਆ ਕੇ ਇਕੱਠੇ ਦੋਵੇਂ ਭਰਾ ਮਿਲ ਕੇ ਕੰਮ ਕਰਨ ਜਿਵੇਂ ਪਾਸ਼ ਅਤੇ ਦਾਸ ਕੰਮ ਕਰਦੇ ਨਹੀਂ ਉਹਨਾਂ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਵੱਖਰੇਵੇਂ ਨਾ ਪੈਣ ਪਰਿਵਾਰ ਦੀ ਜਿਹੜੀ ਦਾਸ ਅਤੇ ਪਾਸ਼ ਦੀ ਜੋੜੀ ਸੀਗੀ ਤੋ ਬਾਦਲ ਸਾਹਿਬ ਦੀ ਅਤੇ ਹਮੇਸ਼ਾ ਇਹ ਸੋਚ ਰਹੀ ਹੈ ਕਿ ਸਾਡੇ ਪਰਿਵਾਰ ਇਕੱਠੇ ਰਹਿਣੇ ਚਾਹੀਦੇ ਬੱਚੇ ਇਕੱਠੇ ਰਹਿਣੇ ਚਾਹੀਦੇ ਹੈ ਜੇ ਸਿਆਸੀ ਜੀਵਨ 'ਚ ਵੀ ਉਹਨਾਂ ਨੂੰ ਇੱਕ ਦੂਜੇ ਦਾ ਜਿਸ ਤਰ੍ਹਾਂ ਦਾਸ ਅਤੇ ਪਾਸ਼ ਜਿਹੜੇ ਨੇ ਉਹ ਰਹੇ ਸੀ ਉਸੇ ਤਰ੍ਹਾਂ ਇੱਕ ਦੂਜੇ ਦੇ ਸਹਾਇਕ ਬਣ ਕੇ ਜਾਂ ਇੱਕ ਦੂਜੇ ਦੇ ਨਾਲ ਹੈ ਹੀ ਭਰਾ ਸੀ ਅਤੇ ਭਰਾਵਾਂ ਵਾਂਗ ਰਹਿਣਾ ਚਾਹੀਦਾ ਪਾਰਟੀ ਦੇ ਬਖੇਵੇ ਕਰਕੇ ਨੁਕਸਾਨ ਵੀ ਹੁੰਦਾ ਔਰ ਇਕੱਠੇ ਹੋ ਜਾਣਗੇ ਪਾਰਟੀ ਵੀ ਮਜ਼ਬੂਤ ਹੋਏਗੀ ਤੁਸੀਂ ਅਪੀਲ ਕਰੋਗੇ ਮਨਪ੍ਰੀਤ ਆਣ ਇਕੱਠੇ ਹੋਣ ਨਹੀਂ ਇਕੱਠ 'ਚ ਤਾਂ ਮਜ਼ਬੂਤੀ ਹੁੰਦੀ ਹੈ ਸਭ ਤੋਂ ਪਹਿਲਾਂ ਤਾਂ ਪਰਿਵਾਰ ਦੇ ਇਕੱਠ ਦੀ ਗੱਲ ਹੁੰਦੀ ਹੈ ਜਿੱਥੇ ਵੀ ਕਿਤੇ ਰਾਜਨੀਤੀ ਦੀ ਗੱਲ ਚੱਲਦੀ ਹੈ ਜੇ ਪਰਿਵਾਰ ਦੇ ਵਿੱਚੋਂ ਤੁਹਾਨੂੰ ਸ਼ਕਤੀ ਮਿਲਦੀ ਹੈ ਅਤੇ ਤੁਸੀਂ ਮਜ਼ਬੂਤ ਜੇ ਅਤੇ ਪਾਰਟੀ ਤੋਂ ਬਾਹਰ ਕੋਈ ਵੀ ਗਿਆ ਆ ਦੇਖੋ ਭਾਵੇਂ ਗੱਲਾਂ 'ਚੋਂ ਮਰਜ਼ੀ ਕਰੀ ਜਾਈਏ ਪਾਰਟੀ ਨੂੰ ਵੀ ਕਿਸੇ ਨਾ ਕਿਸੇ ਰੂਪ 'ਚ ਉਹਦਾ ਚਾਹੇ ਥੋੜ੍ਹਾ ਲੱਗੇ ਚਾਹੇ ਥੋੜ੍ਹੇ ਤੋਂ ਥੋੜ੍ਹਾ ਲੱਗੇ ਧੱਕਾ ਜ਼ਰੂਰ ਲੱਗਦਾ ਹੈ ਅਸਰ ਪੈਂਦਾ ਹੈ ਇਸ ਗੱਲ ਦਾ ਅਤੇ ਜਿੰਨੀਆਂ ਵੀ ਸ਼ਖਸੀਅਤਾਂ ਨੇ ਚਲੋ ਮਨਪ੍ਰੀਤ ਸਿੰਘ ਬਾਦਲ ਤਾਂ ਮੇਰਾ ਛੋਟਾ ਭਰਾ ਆ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਤੁਹਾਡੇ ਵੱਡੇ ਭਾਈ ਨੇ ਸਰ ਸੁਖਬੀਰ ਸਿੰਘ ਬਾਦਲ ਹਾਂਜੀ ਉਹ ਵੀ ਮੇਰਾ ਖਿਆਲ ਇਸ ਗੱਲ ਦੀ ਇੱਛਾਵਾਨ ਹੈ ਕਿ ਪਰਿਵਾਰ ਇਕੱਠਾ ਹੋਵੇ ਬਾਕੀ ਵੀ ਜਿਹੜੀਆਂ ਸ਼ਖਸੀਅਤਾਂ ਨੇ ਜਾਂ ਢੀਂਡਸਾ ਸਾਹਿਬ ਨੇ ਚਾਹੇ ਅਟਵਾਲ ਸਾਹਿਬ ਨੇ ਚਾਹੇ ਡਾਕਟਰ ਰਤਨ ਸਿੰਘ ਅਜਨਾਲਾ ਨੇ ਜਾਂ ਹੋਰ ਜਿਹੜੀਆਂ ਪਾਰਟੀ ਤੋਂ ਦੂਰ ਗਏ ਨੇ ਜਿਨ੍ਹਾਂ ਨੇ ਪਾਰਟੀ ਵਾਸਤੇ ਬੜੇ ਕੰਮ ਕੀਤੇ ਨੇ ਔਰ ਬਾਦਲ ਸਾਹਿਬ ਦੇ ਸਾਥੀ ਰਹੇ ਨੇ ਨੇੜਲੇ ਸਾਥੀ ਰਹੇ ਨੇ ਅਤੇ ਉਹਨਾਂ ਨੂੰ ਵੀ ਜਿਹੜਾ ਆ ਸਾਰਿਆਂ ਨੂੰ ਹੁਣ ਕਿਉਂਕਿ ਇਹ ਬਾਦਲ ਸਾਹਿਬ ਹੁਣ ਵਿਰਾਸਤ ਛੱਡ ਗਏ ਆ ਹਾਂਜੀ ਜਿਹੜੀ ਸਾਨੂੰ ਦੇ ਕੇ ਗਏ ਅਤੇ ਸਾਡਾ ਫਰਜ਼ ਬਣਦਾ ਉਹਨੂੰ ਅੱਗੇ ਲੈ ਕੇ ਚੱਲੀਏ ਸਾਰੇ ਬਾਦਲ ਸਾਹਿਬ ਦਾ ਜਿਹੜਾ ਅੰਦਾਜ਼ ਸੀ ਵਿਰੋਧੀਆਂ ਨੂੰ ਤਾਂ ਆਪਣਾ ਬਣਾਉਂਦੇ ਹੀ ਬਣਾਉਂਦੇ ਸੀ ਅਗਰ ਪਾਰਟੀ ਦੇ ਅੰਦਰ ਕੋਈ ਤੰਗ ਕਰਦਾ ਸੀ ਸੀਨੀਅਰ ਲੀਡਰਸ਼ਿਪ ਨੂੰ ਤੰਗ ਕਰਦਾ ਸੀ ਤਾਂ ਉਹਨਾਂ ਨੂੰ ਵੀ ਸ਼ਬਦਾਂ 'ਚ ਸੁਣਾ ਦਿੰਦੇ ਸੀ ਕਿ ਤੁਹਾਨੂੰ ਜਿਹੜੀ ਇਹ ਵਿਰਾਸਤ ਮਿਲੀ ਹੈ ਸਾਡੀਆਂ ਜੇਲ੍ਹਾਂ ਜਾਣ ਦੀ ਵਜ੍ਹਾ ਕਰਕੇ ਮਿਲੀ ਹੈ ਤੁਸੀਂ ਸੱਤਾ 'ਚ ਆਏ ਹੋ ਅਸੀਂ ਜੇਲ੍ਹਾਂ 'ਚ ਗਏ ਸੀਗੇ ਤੁਹਾਨੂੰ ਵੀ ਇਸ ਤਰੀਕੇ ਨਾਲ ਤੁਹਾਨੂੰ ਯਾਦ ਹੋਏਗਾ ਇੱਕ ਸਟੇਟਮੈਂਟ ਉਹਨਾਂ ਨੇ ਓਪਨਲੀ ਦਿੱਤੀ ਸੀ ਤੰਜ ਵੀ ਇੱਕ ਮਾਰਿਆ ਸੀ ਕਿ ਜੇਲ੍ਹਾਂ 'ਚ ਜਾ ਕੇ ਅਸੀਂ ਬਣਾਈ ਹੈ ਇੱਡੀ ਮਜ਼ਬੂਤ ਪਾਰਟੀ ਤੁਹਾਨੂੰ ਤਾਂ ਪਰਿਵਾਰ 'ਚੋਂ ਹੀ ਮਿਲ ਗਈ ਹੈ ਜਾਂ ਤੁਹਾਨੂੰ ਵਿਰਾਸਤ 'ਚ ਮਿਲ ਗਈ ਹੈ ਨਹੀਂ 'ਚ ਕੋਈ ਦਰਾਵਾਂ ਨਹੀਂ ਗਿਆ ਕਿ ਚਾਹੇ ਮੈਂ ਹੋਵਾਂ ਚਾਹੇ ਕੋਈ ਹੋਰ ਹੋਵੇ ਜਿਹਨੂੰ ਥਾਲੀ 'ਚ ਪਾਈ ਮਿਲ ਜੇ ਕਮਾਈ ਨਾ ਕਰਨੀ ਪਵੇ ਉਹਨੂੰ ਕਦਰ ਨਹੀਂ ਹੁੰਦੀ ਹਾਂਜੀ ਅਤੇ ਉਹ ਸਬਕ ਸੀ ਬਾਦਲ ਸਾਹਿਬ ਦਾ ਕਿ ਜਿਹੜੇ ਅੱਜ ਜੋ ਕੁਛ ਤੁਸੀਂ ਅੱਜ ਤਾਕਤ ਲਈ ਫਿਰਦੇ ਜੇ ਇਹ ਤਾਕਤ ਜਿਹੜੀ ਹੈ ਇਹ ਮਾਰੀਆਂ ਤੇਗਾਂ ਦੀ ਹੈ ਝੱਲੇ ਕਸ਼ਟਾਂ ਦੀ ਹੈ ਕੀਤੇ ਸੰਘਰਸ਼ਾਂ ਦੀ ਹੈ ਅਤੇ ਸ਼ਾਇਦ ਉਦੋਂ ਬਾਅਦ ਸਾਰਿਆਂ ਨੇ ਮਹਿਸੂਸ ਵੀ ਕੀਤਾ ਯਾਰ ਸਾਡੇ 'ਚ ਅਕਾਲੀ ਕਲਚਰ ਦੀ ਕਿਸੇ ਨਾ ਕਿਸੇ ਰੂਪ 'ਚ ਘਾਟ ਹੈ ਉਸ ਅਕਾਲੀ ਕਲਚਰ ਨੂੰ ਅਡੋਪਟ ਕਰਨ ਦੀ ਵੀ ਕੋਸ਼ਿਸ਼ ਕੀਤੀ
ਇੱਥੇ ਕੋਈ ਦਰਾਵਾਂ ਨਹੀਂ ਗਿਆ ਕਿ ਅਕਾਲੀ ਕਲਚਰ ਇਹੀ ਹੁੰਦਾ ਸੀਗਾ ਕਿ ਕਿੱਲੀ ਨਾਲ ਝੋਲਾ ਟੰਗਿਆ ਹੁੰਦਾ ਸੀ ਜਿਹਦੇ 'ਚ ਕਛਹਿਰਾ ਹੁੰਦਾ ਸੀ ਪਰਨਾ ਹੁੰਦਾ ਸੀ ਅਤੇ ਚੋਲਾ ਜਾਂ ਕੁੜਤਾ ਪਜਾਮਾ ਹੁੰਦਾ ਸੀਗਾ ਪਤਾ ਨਹੀਂ ਰਾਤ ਨੂੰ ਲੈ ਜਾਣਾ ਕਿ ਸਵੇਰੇ ਮੋਰਚਾ ਲੱਗ ਜਾਣਾ ਵੱਡੀਆਂ ਵੱਡੀਆਂ ਗੱਡੀਆਂ ਆ ਗਈਆਂ ਹਾਂਜੀ ਹੁਣ ਜਿਹੜਾ ਆ ਮਤਲਬ ਹੋਰ ਤਰ੍ਹਾਂ ਦਾ ਕਲਚਰ ਹੋ ਗਿਆ ਅਤੇ ਹੁਣ ਪਾਰਟੀ 'ਚ ਮੇਰੇ ਵਰਗੇ ਵੀ ਗੱਲ ਕਰਦੇ ਆ ਔਰ ਸਾਰੇ ਮਹਿਸੂਸ ਕਰਦੇ ਆ ਕਿ ਅਕਾਲੀ ਕਲਚਰ ਹੋਣਾ ਚਾਹੀਦਾ ਜਿਸ ਵਾਸਤੇ ਪਾਰਟੀ ਜਿਸ ਮੰਤਵ ਵਾਸਤੇ ਬਣੀ ਸੀਗੀ ਜਿਹਨਾਂ ਵਾਸਤੇ ਬਾਦਲ ਸਾਹਿਬ ਸੰਘਰਸ਼ ਕਰਦੇ ਰਹੇ ਨੇ ਚਾਹੇ ਸਾਡੇ ਹੋਰ ਜਥੇਦਾਰ ਸੰਘਰਸ਼ ਕਰਦੇ ਰਹੇ ਨੇ ਸਾਨੂੰ ਅਸੀਂ ਸੰਘਰਸ਼ ਵਾਸਤੇ ਪੰਜਾਬ ਦੇ ਹੱਕਾਂ ਅਤੇ ਹਿੱਤਾਂ ਲਈ ਅਤੇ ਕੌਮ ਦੇ ਪੰਥ ਦੇ ਹੱਕ ਅਤੇ ਹਿੱਤਾਂ ਲਈ ਬਣੇ ਸੀਗੇ ਉਹਦੇ 'ਚ ਕਿਸੇ ਨਾ ਕਿਸੇ ਰੂਪ 'ਚ ਜਿਹੜਾ ਵੇਸਲਾਪਣ ਆਇਆ ਉਹ ਨਹੀਂ ਹੋਣਾ ਚਾਹੀਦਾ ਸਾਨੂੰ ਰਾਜ ਭਾਗ ਬਾਅਦ ਦੀ ਗੱਲ ਹੈ ਸਭ ਤੋਂ ਪਹਿਲਾਂ ਹੈਗਾ ਜਿਹੜੇ ਅਕਾਲੀ ਦਲ ਸਿਰਜਣਾ ਵੇਲੇ ਜਿਹੜੇ ਮੰਤਵ ਸੀ ਉਹਨਾਂ 'ਤੇ ਪਹਿਰਾ ਦੇਣਾ ਚਾਹੀਦਾ ਅਤੇ ਉਹ ਸਾਰੀ ਪਾਰਟੀ ਨੇ ਇਹ ਚਲੋ ਹੁਣ ਤਾਂ ਬਾਦਲ ਸਾਹਿਬ ਪੂਰੇ ਹੋ ਗਏ ਨੇ ਇਸ ਤੋਂ ਪਹਿਲਾਂ ਹੀ ਵੱਖ ਵੱਖ ਮੀਟਿੰਗਾਂ ਦੇ ਸਮੇਂ ਵੀ ਇਹ ਸਾਰਾ ਕੁਛ ਵਿਚਾਰਿਆ ਗਿਆ ਹੈ ਔਰ ਬਾਦਲ ਸਾਹਿਬ ਦੇ ਕੁਝ ਇੰਟਰਸਟਿੰਗ ਕਿੱਸੇ ਹੈ ਕਿ ਬਾਦਲ ਸਾਹਿਬ ਜਿੱਥੇ ਆਪਾਂ ਗੱਲ ਕਰਦੇ ਨੇ ਮਿਹਨਤੀ ਸੀਗੇ ਪੰਕਚੁਅਲ ਸੀਗੇ ਔਰ ਲੋਕਾਂ ਨੂੰ ਮਿਲ ਕੇ ਉਹਨਾਂ ਨੂੰ ਚਾਅ ਚੜ੍ਹ ਜਾਂਦਾ ਸੀਗਾ ਪੰਜ ਵਾਰ ਸੀਐਮ ਰਹਿਣ ਦੇ ਬਾਵਜੂਦ ਅਗਰ ਕਿਸੇ ਨੇ ਸਕੂਲ ਦਾ ਕੰਮ ਲੈ ਕੇ ਵੀ ਆਏ ਤਾਂ ਉਹ ਪ੍ਰਿੰਸੀਪਲ ਨੂੰ ਫੋਨ ਮਾਰ ਦਿੰਦੇ ਸੀ ਅਗਰ ਸਰਪੰਚ ਦਾ ਕੰਮ ਹੈ ਤਾਂ ਸਰਪੰਚ ਨੂੰ ਫੋਨ ਮਾਰ ਦਿੰਦੇ ਸੀ ਉਹਨਾਂ ਦੀ ਮੈਂ ਦੇਖਿਆ ਇੱਥੇ ਜਦੋਂ ਮੈਂ ਇੰਟਰਵਿਊ ਕਰਨ ਲਈ ਵੀ ਆਇਆ ਸੀਗਾ ਇਹ 'ਚ ਕੋਈ ਦਰਾਮਾ ਨਹੀਂ ਗਿਆ ਉਹ ਨਿੱਕੇ ਤੋਂ ਨਿੱਕੇ ਕੰਮ ਵਾਸਤੇ ਵੀ ਇਹ ਨਹੀਂ ਸੀ ਸਮਝਦੇ ਕਿ ਮੈਂ ਜੀ ਡੀ ਸੀ ਨੂੰ ਕਰੂੰਗਾ ਜਾਂ ਮੈਂ ਜਿਹੜਾ ਇਲਾਕੇ ਦਾ ਆਈ ਜੀ ਹੈ ਜਾਂ ਐਸ ਐਸ ਪੀ ਉਹਨੂੰ ਹੀ ਕਰੂੰਗਾ ਥੱਲੇ ਫੋਨ ਨਹੀਂ ਕਰਨਾ ਉਹ ਤਾਂ ਭਾਵੇਂ ਪਿੰਡ ਦੇ ਸਰਪੰਚ ਨੂੰ ਕਰਾ ਲਓ ਜਾਂ ਇੱਥੋਂ ਤੱਕ ਕਿ ਮੁਨਸ਼ੀ ਨੂੰ ਵੀ ਕਰਵਾ ਲਓ ਬਾਦਲ ਸਾਹਿਬ ਕਰ ਦਿੰਦੇ ਸੀ ਔਰ ਕਈ ਵਾਰ ਮੁਨਸ਼ੀਆਂ ਨੂੰ ਫੋਨ ਕਰਦੇ ਵੀ ਸੀਗੇ ਉਹ ਏਡੇ ਵੱਡੇ ਆਚਰਣ ਦੇ ਮਾਲਕ ਸੀਗੇ ਜਿਹੜਾ ਕਿ ਅੱਜ ਦੇ ਪੋਲੀਟੀਕਲ ਬੰਦੇ ਜਿਹੜੇ ਉਹਨਾਂ 'ਚ ਘੱਟ ਨਜ਼ਰ ਆਉਂਦਾ ਹੈਗਾ ਆ ਮੈਂ ਕਾਫੀ ਆਚਰਣ ਵਾਲੇ ਬੰਦੇ ਦੇਖੇ ਵੀ ਹੈ ਪਰ ਬਾਹਲਿਆਂ ਦੇ ਚਰਚੇ ਤੁਸੀਂ ਵੀ ਸੁਣਦੇ ਜੇ ਅਸੀਂ ਵੀ ਸੁਣਦੇ ਰਹੇ ਤੇ ਸੁਣ ਵੀ ਰਹੇ ਤੇ ਗਾਂਹ ਵੀ ਆਉਂਦੇ ਰਹਿਣਗੇ ਬਾਦਲ ਸਾਹਿਬ ਤੇ ਬੀਬੀ ਸੁਰਿੰਦਰ ਕੌਰ ਬਾਦਲ ਇਹਨਾਂ ਨੇ ਦਿੱਲੀ ਤੋਂ ਚੰਡੀਗੜ੍ਹ ਆਉਣਾ ਸੀ ਵੀ ਆਈ ਪੀ ਲੌਂਚ ਏਅਰਪੋਰਟ ਤੇ ਬੈਠੇ ਸੀ ਉੱਥੇ ਹੀ ਵਿਨੋਦ ਖੰਨਾ ਤੇ ਉਹਨਾਂ ਦੇ ਨਾਲ ਹੇਮਾ ਮਾਲਿਨੀ ਆ ਗਏ ਦੋਨੋਂ ਮੈਂਬਰ ਪਾਰਲੀਮੈਂਟ ਸੀਗੇ ਉਹਨਾਂ ਬੰਬੇ ਜਾਣਾ ਸੀ ਇਹਨਾਂ ਦੇ ਬੈਠਿਆਂ ਬੈਠਿਆਂ ਹੀ ਆਏ ਇਹਨਾਂ ਨੂੰ ਮੱਥਾ ਟੇਕ ਕੇ ਜਾਂ ਮਿਲ ਕੇ ਹੈਲੋ ਹਾਏ ਕਰਕੇ ਅਤੇ ਉਹ ਉੱਥੋਂ ਹੀ ਉਹਨਾਂ ਦੀ ਫਲਾਈਟ ਸੀ ਪਹਿਲੋਂ ਆ ਗਈ ਅਤੇ ਪਹਿਲੋਂ ਚਲੇ ਗਏ ਅਤੇ ਜਦੋਂ ਚਲੇ ਗਏ ਤਾਂ ਬਾਦਲ ਸਾਹਿਬ ਬੀਬੀ ਜੀ ਨੂੰ ਕਹਿੰਦੇ ਬੀਬੀ ਸੁਰਿੰਦਰ ਕੌਰ ਬਾਦਲ ਨੂੰ ਕਿ ਵਿਨੋਦ ਖੰਨੇ ਦੇ ਨਾਲ ਕੌਣ ਸੀ ਉਹਦੀ ਘਰਵਾਲੀ ਸੀ ਅਤੇ ਬੀਬੀ ਜੀ ਕਹਿੰਦੇ ਬਾਦਲ ਸਾਹਿਬ ਆਹ ਤੁਹਾਡੇ ਅੱਗੇ ਜੁੜੇ ਹੱਥ ਇਹ ਮਾਂ ਮਾਲਣੀ ਜਿਹਨੂੰ ਕਬਰਾਂ 'ਚ ਪਿਆ ਬੰਦਾ ਵੀ ਜਾਣਦਾ ਹਾਂਜੀ ਮੈਨੂੰ ਲੱਗਦਾ ਬੀਬੀ ਜੀ ਨਾਲ ਸੀ ਤਾਂ ਉਹਨਾਂ ਨੇ ਕਿਹਾ ਕਿ ਹਾਂ ਨਹੀਂ ਬੀਬੀ ਜੀ ਨੇ ਸੁਣਾਈ ਹਾਸਿਆ ਸੋਚੇ ਨਾ ਕਈ ਗੱਲਾਂ ਬੀਬੀ ਜੀ ਜਦੋਂ ਬਹਿ ਜਾਂਦੇ ਸੀ ਨਾ ਅਸੀਂ ਸਾਡੇ ਅੱਗੇ ਬਹਿ ਜਾਂਦੇ ਫਿਰ ਬਾਦਲ ਸਾਹਿਬ ਦੀਆਂ ਕਹਾਣੀਆਂ ਸੁਣਾਉਣੀਆਂ ਉਹਨਾਂ ਨੇ ਸਾਨੂੰ ਇਹ ਸੁਣਾਈ ਮੈਨੂੰ ਯਾਦ ਆ ਜਦੋਂ ਮੈਂ ਇੰਟਰਵਿਊ ਕੀਤਾ ਉਹਨਾਂ ਨੇ ਕਿੱਸਾ ਸੁਣਾਇਆ ਕਿ ਜਦੋਂ ਬੇਟੀ ਦਾ ਵਿਆਹ ਹੋਣਾ ਸੀ ਉਸ ਵੇਲੇ ਵੀ ਜੇਲ੍ਹ 'ਚ ਸੀ ਚੌਟਾਲਾ ਸਾਹਿਬ ਨੇ ਕੰਨਿਆਦਾਨ ਕੀਤਾ ਸਭ ਤੋਂ ਗੱਲ ਤੁਸੀਂ ਵੱਡੀ ਦੇਖੋ ਕਿ ਪਰਿਵਾਰ ਦੇ ਵਿੱਚ ਬਾਦਲ ਪਰਿਵਾਰ 'ਚ ਪਹਿਲੀ ਸ਼ਾਦੀ ਸੀਗੀ ਔਰ ਬੱਚੀ ਦੀ ਸ਼ਾਦੀ ਸੀਗੀ ਬੀਬਾ ਪ੍ਰਨੀਤ ਕੌਰ ਦੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਹੋਰਾਂ ਦੇ ਨਾਲ ਅਤੇ ਬਾਦਲ ਸਾਹਿਬ ਜੇਲ੍ਹ 'ਚ ਸੀਗੇ ਪਾਰਟੀ ਦੇ ਮੋਰਚੇ 'ਚ ਗਏ ਸੀਗੇ ਸਾਰੀ ਲੀਡਰਸ਼ਿਪ ਨੇ ਵੀ ਕਿਹਾ ਜੀ ਤੁਸੀਂ ਉਸ ਸਮੇਂ ਲਈ ਬਾਹਰ ਆ ਜਾਓ ਨਹੀਂ ਮੰਨੇ ਇਸ ਤੱਕ ਕਿ ਸਰਕਾਰ ਨੂੰ ਪਤਾ ਲੱਗ ਗਿਆ ਚਰਚੇ ਚੱਲਦੇ ਅਸੀਂ ਉਦੋਂ ਧਰਮ ਜਦ ਮੋਰਚਾ ਚੱਲਦਾ ਸੀਗਾ ਅਸੀਂ ਫੈਡਰੇਸ਼ਨ ਦੇ ਵਿੱਚ ਸੀਗੇ ਸਰਗਰਮ ਸੀਗੇ ਸਰਕਾਰ ਨੇ ਵੀ ਕਿਹਾ ਕਿ ਬਾਦਲ ਸਾਹਿਬ ਤੁਸੀਂ ਐਪਲੀਕੇਸ਼ਨ ਦੇ ਦਿਓ ਅਤੇ ਤੁਸੀਂ ਕੁਛ ਸਮੇਂ ਲਈ ਜਾ ਕੇ ਵਿਆਹ ਅਟੈਂਡ ਕਰਾਓ ਬਾਦਲ ਸਾਹਿਬ ਨੇ ਕਿਹਾ ਕਿ ਮੇਰੇ ਖੂਨ 'ਚ ਨਹੀਂ ਰਿਕੁਐਸਟ ਕਰਨਾ ਅਰਜ਼ੀ ਦਾ ਮਤਲਬ ਆ ਅਰਜ਼ ਕਰਨਾ ਹਾਂਜੀ ਮੈਂ ਜਿਸ ਮਕਸਦ ਵਾਸਤੇ ਆਇਆ ਹਾਂ ਮੈਨੂੰ ਜੇਲ੍ਹ 'ਚ ਰਹਿਣਾ ਮਨਜ਼ੂਰ ਹੈ ਵਿਆਹ 'ਤੇ ਨਾ ਜਾਣਾ ਮਨਜ਼ੂਰ ਹੈ ਪਰ ਅਰਜ਼ੀ ਨਹੀਂ ਜਾਣੀ ਜਾਂ ਜਿਹੜਾ ਮੇਰਾ ਫਰਜ਼ ਲੱਗਾ ਪਾਰਟੀ ਨੇ ਡਿਊਟੀ ਲਾਈ ਹੈ ਕੰਨਿਆਦਾਨ ਚੌਧਰੀ ਦੇਵੀ ਲਾਲ ਹੋਰਾਂ ਬ੍ਰਹਮਪੁਰਾ ਸਾਹਿਬ ਹੋਰਾਂ ਨੇ ਲੀਡਰਸ਼ਿਪ ਨੇ ਕੀਤਾ ਸੀਗਾ ਕਿਸੇ ਨੇ ਹਰ ਕਿਸੇ ਨੇ ਆਪਣੇ ਜਿਹੜੇ ਤਜਰਬੇ ਨੇ ਉਹ ਸਾਂਝੇ ਕੀਤੇ ਨੇ ਆਪਣੀ ਗੱਲਬਾਤ ਸਾਂਝੀ ਕੀਤੀ ਹੈ ਹਰ ਕੋਈ ਯਾਦ ਕਰ ਰਿਹਾ ਸਜਦਾ ਕਰ ਰਿਹਾ ਆਪਣੀਆਂ ਤਸਵੀਰਾਂ ਅਸੀਂ ਲਗਾਤਾਰ ਦਿਖਾ ਰਹੇ ਹਾਂ ਇਸ ਵੇਲੇ ਜਿਹੜੇ ਤਮਾਮ ਲੋਕ ਨੇ ਉਹ ਮਿਲਣ ਪਹੁੰਚੇ ਨੇ ਤਮਾਮ ਸ਼ਖਸੀਅਤਾਂ ਜਿਹੜੀਆਂ ਨੇ ਉਹ ਮਿਲਣ ਪਹੁੰਚੀਆਂ ਨੇ ਖਬਰ ਆਈ ਉਹਨਾਂ ਦੇ ਦੇਹਾਂਤ ਦੀ ਫੋਟਿਸ ਦੇ ਵਿੱਚ ਉਦੋਂ ਤੋਂ ਲੈ ਕੇ ਬੜੀਆਂ ਗੱਲਾਂ ਚਾਹੇ ਕੋਈ ਵਿਅਕਤੀ ਕਲਾਕਾਰ ਹੋਵੇ ਚਾਹੇ ਕੋਈ ਵਿਅਕਤੀ ਸਿਆਸਤ ਨਾਲ ਜੁੜਿਆ ਹੋਵੇ ਚਾਹੇ
ਕਿਸੇ ਵਿਅਕਤੀ ਦਾ ਸਿਆਸਤ ਨਾਲ ਨਹੀਂ ਵੀ ਕੋਈ ਲੈਣਾ ਦੇਣਾ, ਕਿਸੇ ਕੰਮ ਲਈ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਿਆ ਹੋਵੇ ਜਾਂ ਗਿਆ ਹੋਵੇ, ਜਾਂ ਚਾਹੇ ਆਪਣੇ ਵਰਗੇ ਪੱਤਰਕਾਰ ਹੋਣ ਕਿਸੇ ਵੀ ਰੂਪ ਦੇ ਵਿੱਚ ਜੁੜੇ ਹੋਣ ਜਾਂ ਕੋਈ ਅਫਸਰ ਹੋਵੇ, ਹਰ ਇੱਕ ਦੀ ਜਿਹੜੀ ਯਾਦ ਹੈ ਉਹਨਾਂ ਦੇ ਨਾਲ ਇੱਕ ਇੱਕ ਪੋਜ਼ਿਟਿਵ ਜਿਹੜੇ ਆਸਪੈਕਟ ਉਸਦੇ ਉਹ ਦਿਖਾਈ ਦਿੱਤੇ ਨੇ, ਸੁਣਾਈ ਦਿੱਤੇ ਨੇ, ਜੋ ਹਰ ਕਿਸੇ ਦੇ ਸ਼ਬਦਾਂ ਦੇ ਵਿੱਚ। ਬਿਲਕੁਲ, ਇਹੀ ਸਭ ਤੋਂ ਵੱਧ ਜਿਹੜੀ ਆਪਾਂ ਪਿਛਲੇ ਤੁਸੀਂ ਕਹਿ ਸਕਦੇ ਹੋ ਕਿ ਦੋ ਦਿਨ ਤੋਂ ਜ਼ਿਕਰ ਕਰ ਰਹੇ, ਇਨਫੈਕਟ ਗੱਲ ਤਾਂ ਪਹਿਲਾਂ ਵੀ ਹੁੰਦੀ ਰਹਿੰਦੀ ਹੈ, ਪਰ ਜਦੋਂ ਇਨਸਾਨ ਚਲਿਆ ਜਾਂਦਾ ਆਪਾਂ ਲਗਾਤਾਰ ਇਹ ਵੀ ਕਹਿ ਰਹੇ ਹਾਂ ਕਿ ਕਮਾਈ ਇਹੀ ਹੁੰਦੀ ਹੈ ਕਿ ਤੁਹਾਡੇ ਬਾਰੇ ਕੀ ਗੱਲਾਂ ਯਾਦ ਰੱਖੀਆਂ ਜਾ ਰਹੀਆਂ। ਬਿਲਕੁਲ, ਬਹੁਤ ਸਾਰੀਆਂ ਕੰਟਰੋਵਰਸੀਜ਼ ਜੁੜੀਆਂ ਉਸਦੇ ਵਿੱਚ, ਕੋਈ ਦੋ ਰਾਏ ਨਹੀਂ। ਅੱਜ ਵੀ ਕਈ ਲੋਕ ਹੈਗੇ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਜਾ ਕੇ ਬਹੁਤ ਸਾਰੀਆਂ ਕੰਟਰੋਵਰਸੀਜ਼ ਨੂੰ ਲੈ ਕੇ ਗੱਲਾਂ ਲਿਖ ਰਹੇ ਹਾਂ। ਖੈਰ, ਜ਼ਿੰਦਗੀ ਦਾ ਇੱਕ ਪਾਰਟ ਹੁੰਦਾ ਕਿ ਬਹੁਤ ਸਾਰੇ ਡਿਸੀਜ਼ਨ ਬਹੁਤ ਸਰਾਏ ਜਾਂਦੇ ਨੇ, ਬਹੁਤ ਸਾਰੇ ਡਿਸੀਜ਼ਨ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਲੈ ਕੇ ਕਿੰਤੂ ਪਰੰਤੂ ਹੁੰਦਾ ਹੈ, ਜਿਨ੍ਹਾਂ ਨੂੰ ਲੈ ਕੇ ਬਹੁਤ ਸਾਰੇ ਸਵਾਲ ਚੁੱਕੇ ਜਾਂਦੇ ਨੇ, ਕਿਉਂਕਿ ਗੌਰਵ ਤੁਸੀਂ ਹਰ ਬੰਦੇ ਨੂੰ ਕਦੇ ਵੀ ਖੁਸ਼ ਨਹੀਂ ਰੱਖ ਸਕਦੇ। ਇਹ ਕੋਈ ਵੀ ਵਿਅਕਤੀ ਐਸਾ ਜੇ ਆਪਣੇ ਆਪ ਤੇ ਸੋਚ ਕੇ ਦੇਖੇ ਤਾਂ ਤੁਸੀਂ ਕਦੇ ਵੀ ਸਾਰੇ ਰਿਸ਼ਤੇਦਾਰਾਂ ਨੂੰ ਖੁਸ਼ ਨਹੀਂ ਰੱਖ ਸਕਦੇ, ਸਾਰੇ ਯਾਰਾਂ ਦੋਸਤਾਂ ਨੂੰ ਖੁਸ਼ ਨਹੀਂ ਰੱਖ ਸਕਦੇ, ਕੋਈ ਨਾ ਕੋਈ ਕਿਸੇ ਨਾ ਕਿਸੇ ਗੱਲ ਤੋਂ ਤੁਹਾਡੇ ਤੋਂ ਨਾਰਾਜ਼ ਹੋਣਾ ਹੀ ਹੁੰਦਾ। ਸੋ ਇੱਕ ਪੋਲੀਟੀਸ਼ੀਅਨ ਦੇ ਤੌਰ ਤੇ ਤਾਂ ਤੁਹਾਡੇ ਲਈ ਇਹ ਹੋਰ ਵੀ ਚੁਣੌਤੀ ਭਰਿਆ ਕੰਮ ਹੁੰਦਾ ਹਰ ਬੰਦੇ ਨੂੰ ਖੁਸ਼ ਰੱਖਣਾ, ਕਿਉਂਕਿ ਕਈ ਵਾਰ ਤੁਸੀਂ ਫੈਸਲੇ ਲੈਂਦੇ ਹੋ, ਕੁਛ ਵਰਗ ਨੂੰ ਉਹ ਚੰਗੇ ਲੱਗਦੇ ਆ, ਕੁਛ ਵਰਗ ਨੂੰ ਨਹੀਂ ਲੱਗਦੇ। ਬਹੁਤ ਸਾਰੇ ਫੈਸਲੇ, ਜਿਵੇਂ ਜੇ ਆਪਾਂ ਕਿਸਾਨੀ ਨਾਲ ਜੁੜੇ ਫੈਸਲਿਆਂ ਦਾ ਜ਼ਿਕਰ ਕਰੀਏ ਤਾਂ ਕਿਸਾਨਾਂ ਨੂੰ ਮੁਫਤ ਬਿਜਲੀ ਪਾਣੀ ਦਾ ਜਿਹੜਾ ਫੈਸਲਾ ਸੀ ਤੇ ਉਹ ਕਿਸਾਨੀ ਲਈ ਬਹੁਤ ਵੱਡਾ, ਪਰ ਬਹੁਤ ਸਾਰੇ ਲੋਕ ਉਸ ਨੂੰ ਵੀ ਫ੍ਰੀ ਬੀਜ ਜਾਂ ਬੋਝ ਕਹਿਣ ਦੱਸਦੇ ਆ। ਆਸ਼ੀਰਵਾਦ ਨਾਲ ਹੀ ਅਸੀਂ ਇਸ ਪਬਲਿਕ ਦੀ ਸੇਵਾ ਦੇ ਕੰਮ 'ਚ ਆਏ ਹਾਂ ਤਾਂ ਬਹੁਤ ਕੁਝ ਉਹਨਾਂ ਨੂੰ ਉਹਨਾਂ ਕੋਲੋਂ ਸਿੱਖਣ ਦਾ ਮੌਕਾ ਮਿਲਿਆ। ਉਹ ਇੱਕ ਸੰਸਥਾ ਸੀ, ਉਹਨਾਂ ਦਾ ਸਾਰਾ ਜੀਵਨ ਸਮਰਪਣ ਵਾਲਾ ਜੀਵਨ, ਪੰਜਾਬ ਦੀ ਸੇਵਾ ਵਾਲਾ ਜੀਵਨ, ਕਿਸਾਨ ਗਰੀਬ ਦੀ ਸੇਵਾ ਵਾਲਾ ਜੀਵਨ ਹੈ ਉਹਨਾਂ ਕੋਲੋਂ। ਉਹ ਚੱਲਦੇ ਫਿਰਦੇ ਇੱਕ ਇੰਸਟੀਟਿਊਸ਼ਨ ਸੀ, ਉਹਨਾਂ ਕੋਲੋਂ ਸਿੱਖਿਆ ਬਹੁਤ ਕੁਛ, ਜੋ ਕੁਝ ਵੀ ਕਰ ਸਕੇ ਹਾਂ ਉਹਨਾਂ ਦੇ ਕੋਲੋਂ ਸਿੱਖਿਆ ਆ। ਉਹਨਾਂ ਨੇ ਪੰਜਾਬ ਵਾਸਤੇ ਬਹੁਤ ਵੱਡੇ ਕੰਮ ਕੀਤੇ ਆ, ਜਿੰਨੇ ਵਿਕਾਸ ਦੇ ਕੰਮ, ਰਿਕਾਰਡ ਤੋੜ ਵਿਕਾਸ ਦੇ ਕੰਮ ਬਾਦਲ ਸਾਹਿਬ ਕਰਕੇ ਹੋਏ ਆ। ਤੁਸੀਂ ਦੂਜੀਆਂ ਸਟੇਟਾਂ ਨੂੰ ਸਾਡੇ ਨਾਲ, ਹਰਿਆਣਾ ਆ, ਹੋਰ ਰਾਜਸਥਾਨ ਹੈ, ਹਿਮਾਚਲ ਆ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਦੂਜੀਆਂ ਸਟੇਟਾਂ ਨੂੰ ਕੰਪੇਅਰ ਕਰ ਲਓ ਪੰਜਾਬ। ਸਿਆਸੀ ਗੁਰ ਕਿਹੜੇ ਕਿਹੜੇ ਸਿੱਖੇ ਜਿਹੜੇ ਤੁਹਾਨੂੰ ਲੱਗਦਾ ਕਿ ਤੁਹਾਡੀ ਸਿਆਸਤ 'ਚ ਬਹੁਤ ਕੰਮ ਆਏ, ਕਿਉਂਕਿ ਉਹ ਸਾਰੇ ਸਿਆਸੀ ਲੀਡਰ ਬਣਾਏ ਉਹਨਾਂ ਨੇ? ਹਲੀਮੀ, ਪੰਕਚੁਅਲਿਟੀ, ਪਿਆਰ, ਮੁਹੱਬਤ, ਵੋਟਰ ਦੀ ਕਦਰ ਕਰਨਾ ਅਤੇ ਕੰਮ ਦਿਲੋਂ ਕਰਨਾ, ਨੇਚਰ ਨਾਲ, ਸਮਰਪਣ ਭਾਵਨਾ ਨਾਲ ਕੰਮ ਕਰਨਾ ਅਤੇ ਦੇਸ਼ ਦੀ ਏਕਤਾ ਅਖੰਡਤਾ ਲਈ ਹਮੇਸ਼ਾ ਖੜ੍ਹੇ ਰਹਿਣਾ, ਇਹ ਉਹਨਾਂ ਦੇ ਮੁੱਖ ਜਿਹੜੇ ਗੁਰ ਸੀਗੇ ਉਹ ਉਹਨਾਂ ਦੇ ਕੋਲੋਂ ਹੀ ਅਸੀਂ ਲਏ ਆ। ਕਿਉਂਕਿ ਚੋਣ 'ਚ ਹਾਰ ਜਿੱਤ ਲਿਖੀ ਹੁੰਦੀ ਹੈ, ਆਖਰੀ ਚੋਣ ਉਹਨਾਂ ਦੀ ਸਿਹਤ ਅਲਾਊਡ ਨਹੀਂ ਕਰਦੀ ਸੀ, ਲੜਨਾ ਨਹੀਂ ਚਾਹੁੰਦੇ ਸੀ, ਪਾਰਟੀ ਨੇ ਕਿਹਾ ਕਿ ਲੜੋ ਤਾਂ ਉਹ ਲੜੇ, ਕੋਰ ਕਮੇਟੀ ਨੇ ਤੈਅ ਕੀਤਾ, ਔਰ ਹਾਲਾਂਕਿ ਹਾਰ ਦਾ ਸਾਹਮਣਾ ਕਰਨਾ ਪਿਆ। ਆਖਰੀ ਸਮੇਂ ਦੇ ਵਿੱਚ ਨੌਂ ਮਾਂ ਦਾ ਰਿਸ਼ਤਾ ਵੀ ਟੁੱਟ ਗਿਆ, ਉਸ ਵੇਲੇ ਉਹਨਾਂ ਦਾ ਕੀ ਕੁਛ ਕਹਿਣਾ ਸੀ? ਚੋਣ ਜਦੋਂ ਹਾਰ ਗਏ ਉਸ ਵੇਲੇ ਕੀ ਕਹਿਣਾ ਸੀ? ਜਦੋਂ ਕਿਸਾਨ ਵਿਰੋਧ ਕਰ ਰਹੇ ਸੀ ਉਸ ਵੇਲੇ ਕੀ ਕੁਛ ਕਹਿਣਾ ਸੀ? ਦੇਖੋ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦਾ ਪੂਰਾ ਜੀਵਨ ਦੇਸ਼ ਵਿੱਚ ਨੌਂ ਮਾਸ, ਯਾਨੀ ਇਨਸਾਨੀ ਆਪਸ 'ਚ ਪਿਆਰ ਰਵੇ ਇਹਦੇ ਉੱਤੇ ਸਮਰਪਿਤ ਰਿਹਾ। ਉਹ ਹਮੇਸ਼ਾ ਉਹ ਆਪਣੇ ਜੀਵਨ ਦੇ ਅੰਤਲੇ ਪਲਾਂ ਤੱਕ ਵੀ ਉਹ ਉਸ ਮੁਹੱਬਤ ਲਈ, ਉਸ ਸਾਂਝੀਵਾਲਤਾ ਲਈ ਕਾਇਮ ਰਹੇ। ਅਲੱਗ ਅਲੱਗ ਸਮੇਂ ਆਏ ਉਹਨਾਂ ਦੀ ਜ਼ਿੰਦਗੀ 'ਚ, ਪਾਰਟੀ ਦੇ ਬੜੇ ਪਾਬੰਦ ਸੀ ਹੁਕਮ ਦੇ, ਉਹ ਕਹਿੰਦੇ ਹੁੰਦੇ ਸੀ ਕਿ ਮੇਰੀ ਸਿਹਤ ਅਲਾਓ ਨਹੀਂ ਕਰਦੀ, ਪਰ ਫਿਰ ਵੀ ਕਿਉਂਕਿ ਪਾਰਟੀ ਨੇ ਮੈਨੂੰ ਇੱਥੇ ਤੱਕ ਪਹੁੰਚਾਇਆ, 5 ਵਾਰ ਮੁੱਖ ਮੰਤਰੀ ਬਣਾਇਆ, ਪਰ ਮੈਂ ਕੋਈ ਵੀ ਆਪਣਾ ਸਰੀਰਕ ਕਮਜ਼ੋਰੀ ਕਰਕੇ ਇਹ ਪਾਰਟੀ ਨੂੰ ਕਦੀ ਨਾ ਨਹੀਂ ਕਦੀ ਕਰ ਸਕਦਾ, ਪਾਰਟੀ ਦਾ ਹੁਕਮ ਹਮੇਸ਼ਾ ਮੰਨਾਂਗਾ। ਇਹ ਸਾਰੀਆਂ ਚੀਜ਼ਾਂ ਉਹਨਾਂ ਕੋਲੋਂ ਸਿੱਖੀਆਂ ਅਸੀਂ ਸਾਰਿਆਂ ਨੇ, ਅਤੇ ਇਸ ਕਰਕੇ ਉਹਨਾਂ ਨੇ ਚੋਣ ਵੀ ਲੜੀ। ਐਡੇ ਵੱਡੇ ਬੰਦੇ ਵਾਸਤੇ ਬਾਦਲ ਸਾਹਿਬ ਦਾ ਜਿਹੜਾ ਕੱਦ ਆ ਨਾ, ਉਹ ਜਿੱਤਾਂ ਹਾਰਾਂ ਤੋਂ ਉੱਪਰ ਆ, ਹੁਣ ਉਹ ਬਹੁਤ ਟੌਪ 'ਤੇ ਆ। ਉਹਨਾਂ ਵਰਗਾ ਇਨਸਾਨ ਕੋਈ ਆਮ MLA MP ਬਣ ਜਾਣਾ ਜਾਂ ਆਮ ਗੱਲ ਹੁੰਦੀ, ਲੀਡਰ ਬਣਨਾ ਬੜੀ ਵੱਡੀ ਗੱਲ ਹੁੰਦੀ। ਉਹ ਲੀਡਰ ਸੀ ਦੇਸ਼ ਦੇ, ਲੀਡਰ ਸੀ ਦੇਸ਼ ਦੇ, ਹਰ ਕੋਈ ਸਜਦਾ ਕਰ ਰਿਹਾ, ਯਾਦ ਕਰ ਰਿਹਾ, ਸ਼ਰਧਾਂਜਲੀ ਅਰਪਿਤ ਕਰ ਰਿਹਾ, ਵੱਖੋ ਵੱਖ ਤਸਵੀਰਾਂ ਵੀ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਕਿਸ ਤਰੀਕੇ ਦੇ ਨਾਲ ਤੁਹਾਡਾ ਤੁਹਾਡਾ ਜਿਹੜਾ ਇੱਕ ਤਜਰਬਾ ਰਿਹਾ, ਕਿਸ ਤਰੀਕੇ ਦਾ ਤਜਰਬਾ ਰਿਹਾ? ਸਾਡਾ ਤਾਂ, ਅਸੀਂ ਤਾਂ ਅਜੇ ਵਰਕਰ ਹੀ ਜੋ ਪਾਰਟੀ ਦੇ ਨਾਲ ਜੁੜੇ ਹਾਂ ਜੀ, ਠੀਕ ਹੈ ਜੀ, ਸ਼੍ਰੋਮਣੀ ਅਕਾਲੀ ਦੇ ਨਾਲ ਬਾਦਲ ਸਾਹਿਬ ਦੀ ਸੋਚ ਦੇ ਨਾਲ ਅਸੀਂ ਖੜ੍ਹੇ ਹਾਂ। ਸਿਰਫ ਉਹ ਇੱਕ, ਮੈਂ ਹਿੰਦੂ ਹਾਂ, ਠੀਕ ਹੈ ਜੀ, ਮੈਂ ਵੀ ਉਹਨਾਂ ਦੀ ਸੋਚ ਤੋਂ ਇੰਨਾ ਪ੍ਰਭਾਵਿਤ ਹਾਂ ਵੀ ਉਹਨਾਂ ਦੇ ਜੋ ਦੱਸੇ ਹੋਏ ਮਾਰਗ 'ਤੇ ਸਾਰਾ ਪੰਜਾਬ ਕੌਮ ਚੱਲੀ ਹੈ। ਮੈਂ ਅਸੀਂ ਵੀ ਇਹ ਕਹਿੰਦੇ ਵੀ ਉਹ ਸਾਰੀ ਜ਼ਿੰਦਗੀ ਅਮਰ
ਆਉਣ ਵਾਲੇ ਟਾਈਮ 'ਚ ਵੀ ਉਹ ਅਮਰ ਰਹਿਣਗੇ। ਅਸੀਂ ਉਹਨਾਂ ਦੇ ਜੋ ਰਸਤੇ ਜੋ ਉਹਨਾਂ ਨੇ ਸਾਨੂੰ ਦਿਖਾਏ ਨੇ ਅਸੀਂ ਉਹਨਾਂ ਦੇ ਰਸਤੇ 'ਤੇ ਉਸੇ ਤਰ੍ਹਾਂ ਚੱਲਾਂਗੇ, ਰਸਤੇ 'ਤੇ ਉਸੇ ਤਰ੍ਹਾਂ ਚੱਲਾਂਗੇ। ਇਸ ਗੱਲ ਦਾ ਜ਼ਿਕਰ ਤਮਾਮ ਉਹਨਾਂ ਦੇ ਚਾਹਣ ਵਾਲੇ ਤਮਾਮ ਉਹਨਾਂ ਦੇ ਪ੍ਰਸ਼ਾਸਨ ਜਿਹੜੇ ਨੇ ਉਹ ਕਰ ਰਹੇ ਨੇ। पिछे मनप्रीत बादल खड़े ने, सुखबीर बादल की बेटी, छोटी बेटी हरलीन कौर, और उन्होंने बिल्कुल पिछे मनप्रीत बादल की बेटी रिया बादल, नाल अनंतवीर सुखबीर बादल के बेटे ने, और मनप्रीत बादल के नाल उन्होंने बेटे अर्जुन बादल खड़े ने। सो सारे बच्चे परिवार के अपने अपने दादे की मृतक देह के कोल खड़े ने और उन्होंने नम अखा नाल अंतिम विदाई दे रहे ने। सो ये परिवार के वह बच्चे ने जिहड़े हमेशा उन्होंने कोल रहिंदे सी, हमेशा उन्होंने नाल मिलते सी, हसते खेडते सी, क्योंकि परिवार घर बिल्कुल इकट्ठे ने। बेशक उन्होंने पहला पुराना जद्दी घर पिंड दे विच है, उस तो बाद पिंड दे बार बार दो वक्खो वक्खरे घर बना ले सी। सुखबीर बादल ने अलग घर बना लिया सी, मनप्रीत बादल ने जिसनू बादल ढाणी कहा जाता है, मनप्रीत बादल ने अलग घर बना लिया सी, पर बिल्कुल नाल नाल ने, थोड़ा ही डिस्टेंस है जिथे अज अंतिम संस्कार किया जाना है प्रकाश सिंह बादल का, वह जगह बिल्कुल मनप्रीत बादल दे घर दे नाल है, क्योंकि जमीन भी इकट्ठी सी, तां वह बाग जिहड़ा अपने हथी लाया सी प्रकाश सिंह बादल ने किन्नुआ का, उस बाग दे विच दो एकड़ जगह है जिथों बूटे पट्टे गए ने, साफ किए गए ने, और उस जगह पर एक 50x50 का एक वड्डा चबूतरा बनाया गया जिथे अंतिम संस्कार की सारी तैयारी की गई है, और आस पास की जिहड़ी जमीन है क्योंकि कणक वढ़ी जा चुकी है, खाली खेत ने, उस जगह नू पार्किंग बनाया गया है। जिन्हें भी अज उत्थे शख्शीतां पहुँच रही ने इस दुख दे विच परिवार दे नाल शरीक होण दे लई। सो तस्वीरां असीं दिखा रहे हाँ बादल परिवार दीआं, सारा परिवार, परिवार दे पोते पोतियां प्रकाश सिंह बादल दे, उन्हां दे बेटे भतीजे सारे इस तस्वीर दे विच, एक तस्वीर दे विच नज़र आ रहे ने। सुखबीर बादल, मनप्रीत बादल, मनप्रीत बादल दी बेटी रिया, उन्हां दा बेटा अर्जुन, सुखबीर बादल दी बेटी हरलीन, वड्डी बेटी उन्हां दी गुरलीन कौर, बेटा अनंतवीर सिंह, सारे इन्हां तस्वीरां दे विच अपने दादा नूं अंतिम विदाई दिंदे, अपने दादा नूं नम अखां नाल सजदा करदे नज़र आ रहे ने। जी बिल्कुल, तस्वीरां बहुत कुछ अपने आप दे विच बयान कर दियां ने, और आम तौर पर कहा जाता अपने परिवारों के भी विजय होंगे कि जी दादा दादी दे नाल पोते पोतियां का प्यार एक वखरा ही होंगे, और वो कुछ नज़र भी आया सी जिहड़ियां तस्वीरां मूल नालों व्याज प्यारा, मूल नालों व्याज प्यारा होंगे, आम तौर पर अपने घरों के गल्लां होंदियां। और दूजी गल यह है कि पिछले कुछ समय के क्योंकि प्रकाश सिंह बादल की सेहत बहुत ज़्यादा उम्र नूं ध्यान दे विच रखदे हुए उस तरीके की नहीं सी कि वह बहुत ज़्यादा एक्टिव रहे हुण, इस करके वह घर भी रहे तो बच्चों के नाल भी उन्होंने बहुत समा बिताया, बहुत सारिया तस्वीर भी लगातार सामने आई जिहड़ियां अज्ज असीं दिखा भी रहे हैं। पिछले डेढ़ दो साल दीआं तस्वीरां ने ज़्यादा जो वो थोड़ा एक्टिव पॉलिटिक्स तो पासे हो गए, बिल्कुल, तो उस समय दीआं ये तस्वीरां ने। खैर विदाई तो आखिर देनी पैंदी हुंदी है, हर कोई अपने तुसीं कह सकते हो सच है यह जिंदगी का कि जाना तो हर किसी ने, सियाने कहिंदे आ कि कोई अपने परिवार के विचाले जाता है, हरा भरा परिवार होवे, पूरा परिवार होवे, तो उही अज नज़र आ रहा है कि सारा परिवार जो तो मौजूद हो। यह भी कह दें गौरव कि बंदा तुरया फिरदा चलिया जाए, आप हर कोई अपने परिवार के बजुर्गों के लिए अरदास करता है कि बंदा तुरया फिरदा चलिया जाए, क्योंकि जे कोई गंभीर बीमारी का शिकार हो गया और कई महीने जे बैड पर पैना पै गया तो वह तकलीफ भी परिवार के लिए इस दुख नालों भी ज़्यादा तकलीफ दे हुंदी है कि रोज़ अपने परिवारिक मैंबर नूं इस तरीके नाल तकलीफ दे विच देखना। बहुत लोकां दे नाल ए भाणे वापरदे ने, बहुत सारयां ने अपने परिवारिक मैंबरां नूं इस तरीके नाल तकलीफ दे स्थिति दे विच देखिया होएगा, कई कई सालां तक कई लोग जिहड़े ने ओह तकलीफ दे विच पए रहिंदे ने, बिस्तर ते पए रहिंदे ने। सो उस नालों जदों कोई भी बजुर्ग इस तरीके नाल तुरिया चलदा फिरदा चलिया जांदा है तां फिर इह कहा जांदा है कि चलो बंदा तुरदा फिरदा चला गया, घट्टो घट उन्हूं आखिरी समय दे विच तकलीफ नहीं हुई जान वाली। बिल्कुल, क्योंकि जिहड़े सेवा कर रहे हुंदे ने उन्हां दे लई तां चलो एक जरूर औखा समा हुंदा उह, पर दूजे पासे जिहड़ा सह रहा हुंदा उसदे लई ज़्यादा मुश्किल हो जाता है। खैर इस समय परिवार मौजूद आ उत्थे और अंतिम दर्शन करन दे लई लोग पहुँच रहे ने लगातार, क्योंकि परिवार तो लाजमी तौर पर उन्हां दे लई तां एक वड्डा घट है, पर जिहड़े लोग कदे मिले ने, जिहड़े लोग उन्हां दे नाल अटैच सी, अज दूर तो भी बेशक उन्होंने हाथ जोड़ के मत्था टेक रहे होण, उन्होंने सिजदा कर रहे होण, आखिरी बार दर्शन कर रहे होण, पर उन्होंने जहन के यादा बहुत सारिया ताज़ा होणगियां।
ਜਿਹੜਾ ਵੀ ਸ਼ਖਸ ਜਦੋਂ ਵੀ ਮਿਲਿਆ ਹੋਏਗਾ, ਆਮ ਤੌਰ 'ਤੇ ਹੁੰਦਾ ਕਿ ਜਦੋਂ ਕੋਈ ਆਪਣੇ ਨੇੜੇ ਦਾ ਵੀ ਚਲਿਆ ਜਾਵੇ ਜਾਂ ਫਿਰ ਕੋਈ ਅਜਿਹਾ ਸ਼ਖਸ ਜਿਸਦਾ ਕੋਈ ਆਪਣੇ ਆਂਢੀ ਗੁਆਂਢੀ ਹੋਵੇ ਜਾਂ ਕੋਈ ਹੋਰ ਰਿਸ਼ਤੇਦਾਰੀ ਦੇ ਵਿੱਚ ਹੋਵੇ, ਤਾਂ ਆਪਾਂ ਨੂੰ ਉਸ ਸਮੇਂ ਉਹੀ ਚੀਜ਼ਾਂ ਯਾਦ ਆਉਂਦੀਆਂ ਨੇ ਕਿ ਇਹ ਸਾਨੂੰ ਜਦੋਂ ਮਿਲਿਆ ਸੀ ਤਾਂ ਉਸ ਸਮੇਂ ਕਿਹੋ ਜਿਹਾ ਸੁਭਾਅ ਸੀ, ਕਿਵੇਂ ਗੱਲ ਕਰਦਾ ਸੀ, ਮੈਂ ਜਦੋਂ ਮਿਲਣ ਪਹੁੰਚਿਆ ਇੱਕ ਵਾਰੀ ਤਾਂ ਕੀ ਹੋਇਆ, ਇਹ ਸਾਰੀਆਂ ਗੱਲਾਂ ਆਮ ਤੌਰ 'ਤੇ ਆਪਾਂ ਖੁਦ ਵੀ ਯਾਦ ਕਰਦੇ ਹਾਂ। ਤਾਂ ਜਦੋਂ ਐਡੀ ਵੱਡੀ ਸ਼ਖਸੀਅਤ ਜਾ ਰਹੀ ਹੈ ਦੁਨੀਆਂ ਤੋਂ, ਉਹਨਾਂ ਨੂੰ ਆਖਰੀ ਵਿਦਾਈ ਦਿੱਤੀ ਜਾ ਰਹੀ ਹੈ, ਤਾਂ ਉਹਨਾਂ ਦੇ ਨਾਲ ਜੁੜੇ ਹੋਏ ਤਾਂ ਹਜ਼ਾਰਾਂ ਲੱਖਾਂ ਲੋਕਾਂ ਦੇ ਕੋਲ ਕਿੱਸੇ ਨੇ। ਔਰ ਜਿਵੇਂ ਮੈਂ ਸਵੇਰ ਤੋਂ ਸੁਣ ਰਿਹਾ, ਵੱਖ ਵੱਖ ਜਿਹੜੇ ਲੀਡਰ ਉੱਥੇ ਪਹੁੰਚ ਰਹੇ ਨੇ, ਉਹ ਚਾਹੇ ਸੁੱਚਾ ਸਿੰਘ ਛੋਟੇਪੁਰ ਨਾਲ ਗੱਲਬਾਤ ਕੀਤੀ ਹੋਵੇ ਪੰਕਜ ਨੇ, ਜਾਂ ਉਸ ਤੋਂ ਬਾਅਦ ਹੰਸਰਾਜ ਹੰਸ ਜ਼ਿਕਰ ਕਰ ਰਹੇ ਸੀ, ਅੱਛਾ ਵਿਰਸਾ ਸਿੰਘ ਬਲਟੋਹਾ ਪਰਿਵਾਰ ਦੇ ਬਹੁਤ ਨੇੜੇ ਹਮੇਸ਼ਾ ਤੋਂ ਰਹੇ ਨੇ, ਤਾਂ ਉਹਨਾਂ ਦੇ ਵੱਲੋਂ ਜਿਸ ਤਰੀਕੇ ਨਾਲ ਗੱਲ ਕੀਤੀ ਜਾ ਰਹੀ ਸੀ, ਤਾਂ ਹਰ ਕਿਸੇ ਦੇ ਕੋਲ ਆਪਣੇ ਕਿੱਸੇ ਨੇ। ਔਰ ਇਹ ਸਿਰਫ ਇਹ ਨਹੀਂ ਹੈ ਵੀਜੇ ਕਿ ਇਹ ਪਿਛਲੇ ਆਪਾਂ 24-48 ਘੰਟਿਆਂ 'ਚ ਜਦੋਂ ਦੇ ਉਹਨਾਂ ਦੇ ਦੇਹਾਂਤ ਦੀ ਖਬਰ ਆਈ ਹੈ ਤਾਂ ਉਸ ਸਮੇਂ ਤੋਂ ਹੋ ਰਿਹਾ। ਆਪਾਂ ਬਹੁਤ ਸਾਰੇ ਵੱਡੇ ਆਗੂਆਂ ਦੀਆਂ ਇੰਟਰਵਿਊਜ਼ ਇਸੇ ਸਟੂਡੀਓ ਦੇ ਵਿੱਚ ਬੈਠ ਕੇ ਕੀਤੀਆਂ ਨੇ। ਬਿਲਕੁਲ। ਅਤੇ ਜਦੋਂ ਇੰਟਰਵਿਊ ਕਰਨ ਤੋਂ ਬਾਅਦ ਆਪਾਂ ਗੱਲਬਾਤ ਕੀਤੀ ਹੈ, ਇਨਫੈਕਟ ਜਿਹੜੇ ਵਿਰੋਧੀ ਧਿਰਾਂ ਦੇ, ਆਪਾਂ ਚਲੋ ਨਾਮ ਤਾਂ ਹੁਣ ਕਿਸੇ ਦਾ ਨਹੀਂ ਲਵਾਂਗੇ, ਪਰ ਜਿਹੜੇ ਵਿਰੋਧੀ ਧਿਰਾਂ ਦੇ ਵੱਡੇ ਆਗੂ ਵੀ ਆਪਾਂ ਜਦੋਂ ਬੈਠ ਕੇ ਇੰਟਰਵਿਊ ਤੋਂ ਬਾਅਦ ਉਹਨਾਂ ਦੇ ਨਾਲ 10-20 ਮਿੰਟ ਗੱਲਬਾਤ ਕੀਤੀ, ਚਾਹ ਕਾਫੀ ਪੀਤੀ, ਤਾਂ ਉਸ ਸਮੇਂ ਜੇ ਬਾਦਲ ਸਾਹਿਬ ਦਾ ਜ਼ਿਕਰ ਆਉਂਦਾ ਸੀ ਤਾਂ ਇੱਕ ਅਲੱਗ ਉਹਨਾਂ ਦੇ ਚਿਹਰੇ 'ਤੇ ਵੀ ਤੁਸੀਂ ਕਹਿ ਸਕਦੇ ਹੋ ਕਿ ਚਮਕ ਆ ਜਾਂਦੀ ਸੀ, ਉਹਨਾਂ ਦੇ ਉਸ ਸਮੇਂ ਵੀ ਸ਼ਬਦਾਂ ਦੇ ਵਿੱਚ ਬੜੀ ਰਿਸਪੈਕਟ ਹੁੰਦੀ ਸੀ। ਓਪੀ ਸੋਨੀ ਪਹੁੰਚੇ ਹੋਏ ਨੇ, ਕੁਝ ਕਹਿ ਰਹੇ। ਐਡੀ ਵੱਡੀ ਸ਼ਖਸੀਅਤ ਦਾ ਜਾਣਾ ਦੇਸ਼ ਲਈ ਬਹੁਤ ਵੱਡੀ ਘਾਟ ਹੈ ਮੈਨੂੰ ਨਿੱਜੀ ਤੌਰ 'ਤੇ, ਕਿਉਂਕਿ ਮੇਰਾ ਉਹਨਾਂ ਨਾਲ ਬਹੁਤ ਪਿਆਰ ਸੀ। 5 ਟਰਮਾਂ ਅਸੀਂ ਅਸੈਂਬਲੀ 'ਚ ਇਕੱਠੇ ਰਹੇ ਹਾਂ, 97 ਤੋਂ ਲੱਗ ਕੇ 22 ਤੱਕ ਅਸੀਂ ਇਕੱਠੇ ਰਹੇ ਹਾਂ। ਸਾਡੇ ਉਹ ਲੀਡਰ ਸਨ ਸਤਿਕਾਰਯੋਗ, ਸੋ ਉਹ ਹਰ ਧਰਮ ਦਾ ਸਤਿਕਾਰ ਕਰਦੇ ਸਨ, ਹਰ ਪਾਰਟੀ ਦਾ ਸਤਿਕਾਰ ਕਰਦੇ ਸਨ, ਗਰੀਬ ਦਾ ਵੀ ਮਾਣ ਕਰਦੇ ਸਨ, ਅਮੀਰ ਦਾ ਵੀ ਕਰਦੇ ਸਨ, ਹਰ ਇੰਡਸਟਰੀਲਿਸਟ ਦਾ ਸਨਮਾਨ ਕਰਦੇ ਸਨ, ਹਰ ਇੱਕ ਵਪਾਰੀ ਦਾ, ਹਰ ਇੱਕ ਟ੍ਰੇਡਰ ਦਾ। ਸੋ ਮੈਂ ਸਮਝਦਾ ਹਰ ਇੱਕ ਨਾਲ ਪਿਆਰ ਕਰਨ ਵਾਲੇ ਇਨਸਾਨ ਸਨ ਜਿਹੜੇ ਸਾਨੂੰ ਸਦੀਵੀ ਛੋੜਾ ਦੇ ਗਏ ਨੇ। ਸੋ ਉਹਨਾਂ ਦੇ ਜਾਣ ਨਾਲ ਦੇਸ਼ ਨੂੰ, ਪੰਜਾਬ ਨੂੰ ਬਹੁਤ ਵੱਡੀ ਘਾਟ ਹੋਈ। ਸੋਨੀ ਸਾਹਿਬ, ਤੁਸੀਂ ਸੱਤਾ ਦੇ ਵਿੱਚ ਜਦੋਂ ਪ੍ਰਕਾਸ਼ ਸਿੰਘ ਬਾਦਲ ਸੀ, ਉਹਨਾਂ ਨੂੰ ਮੁੱਖ ਮੰਤਰੀ ਵਜੋਂ ਵੀ ਵੇਖਿਆ, ਉਹਨਾਂ ਨੂੰ LOP ਵਜੋਂ ਵੀ ਵੇਖਿਆ, ਵਿਧਾਨ ਸਭਾ ਦੇ ਵਿੱਚ ਆਹਮੋ ਸਾਹਮਣੇ ਵੀ ਤੁਹਾਡੇ ਹੋਏ, ਕੀ ਚੀਜ਼ਾਂ ਉਹ ਅੱਜ ਚੇਤੇ ਆਉਂਦੀਆਂ ਨੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀਆਂ, ਵਿਧਾਨ ਸਭਾ ਦੀ ਕੋਈ ਗੱਲ ਹੋਵੇ ਜਾਂ ਫਿਰ ਤੁਹਾਡੇ ਨਾਲ ਕੋਈ ਅਜਿਹਾ ਕਿੱਸਾ ਜਿਹੜਾ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋ? ਵੇਖੋ, ਮੇਰੇ ਨਾਲ ਤਾਂ ਮੈਂ ਤਾਂ 10 ਸਾਲ ਇੰਡੀਪੈਂਡੈਂਟ ਜਦੋਂ ਰਿਹਾ, ਮੈਂ 1997 ਜਦੋਂ ਚੀਫ ਮਿਨਿਸਟਰ ਬਣੇ ਨੇ ਉਸ ਵੇਲੇ ਮੈਂ ਉਹਨਾਂ ਦੇ ਨਾਲ ਹੀ ਸੀਗਾ, ਸੋ 22 ਤੱਕ ਮੈਂ ਨਾ ਰਿਹਾ। ਸੋ ਉਹਨਾਂ ਦੀਆਂ ਯਾਦਾਂ ਦੇ ਸਾਡੇ ਮਨਾਂ 'ਚ ਆ। ਬੇਸ਼ੱਕ ਅਸੀਂ ਕਾਂਗਰਸ ਪਾਰਟੀ 'ਚ ਮੈਂ ਰਿਹਾ, ਪਰ ਕਦੀ ਸਾਡਾ ਇਹ ਨਹੀਂ ਸੀ ਹੋਇਆ ਕਿ ਬਾਦਲ ਸਾਹਿਬ ਦੇ ਸਾਹਮਣੇ ਖਲੋ ਕੇ ਬੋਲ ਸਕੀਏ, ਕਿਉਂਕਿ ਉਹ ਟਾਈਮ ਨਹੀਂ ਸੀ ਦਿੰਦੇ। ਉਹਨਾਂ ਦੇ ਇੱਕ ਸ਼ਬਦ ਹੋਣਾ, ਕਾਕਾ ਜੀ, ਕਾਕਾ ਜੀ, ਮੈਂ ਤਾਂ ਤੁਹਾਡੇ ਨਾਲ ਬੜਾ ਪਿਆਰ ਕਰਦਾ, ਮੈਂ ਤਾਂ ਤੁਹਾਨੂੰ ਕਦੀ ਨਾਂਹ ਹੀ ਨਹੀਂ ਕੀਤੀ। ਸੋ ਵਾਕਈ ਕਿਸੇ ਨੂੰ ਨਾਂਹ ਨਹੀਂ ਸੀ ਕਰਦੇ ਕੰਮ ਤੋਂ। ਸੋ ਮੈਂ ਸਮਝਣਾ ਉਹਨਾਂ ਦੇ ਜਾਣ ਨਾਲ ਸਾਰੇ ਪੰਜਾਬ ਨੂੰ, ਨਹੀਂ ਸਾਰੇ ਦੇਸ਼ ਨੂੰ, ਸਾਨੂੰ ਨਿੱਜੀ ਤੌਰ 'ਤੇ ਹਰ ਪਾਰਟੀ ਨੂੰ ਉਹਨਾਂ ਦੀ ਘਾਟ। ਨੈਲਸਨ ਮੰਡੇਲਾ ਦੇ ਨਾਲ ਜਿਹੜਾ ਹੈ ਕਿਹਾ ਗਿਆ ਕਿ ਭਾਰਤ ਦੇ ਨੈਲਸਨ ਮੰਡੇਲਾ ਸੀਗੇ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਬਿਲਕੁਲ ਮੈਂ ਤਾਂ ਕਹਿੰਦਾ ਉਹਨਾਂ ਦੀ ਤੁਲਨਾ ਕੀਤੀ ਨਹੀਂ ਜਾ ਸਕਦੀ। ਸੋ ਵੇਖੋ, ਐਡੀ ਸ਼ਖਸੀਅਤ ਦੇ ਮਾਲਕ ਸਨ, ਐਡਾ ਵੱਡਾ ਉਹਨਾਂ ਦਾ ਕੱਦ ਸੀ, ਉਹਨਾਂ ਨੂੰ ਤਾਂ ਜੋ ਵੀ ਕਹਿ ਲਓ, ਜਿੰਨਾ ਵੀ ਮਾਨ ਸਤਿਕਾਰ ਉਹਨਾਂ ਨੂੰ ਦੇ ਦਿਓ ਉਨਾ ਹੀ ਥੋੜ੍ਹਾ। ਸੋ ਇਹਦੀਆਂ ਸ਼ਖਸੀਅਤਾਂ ਬਹੁਤ ਘੱਟ ਆਉਂਦੀਆਂ ਦੁਨੀਆਂ 'ਤੇ ਜਿਹੜੀਆਂ ਸਾਰਿਆਂ ਨਾਲ ਪਿਆਰ ਕਰਦੀਆਂ। ਧੰਨਵਾਦ।